اپنی فیورٹ فلموں کے بارے میں جاننے کے لیے سبسکرائب کیجیے فلم کمپینین لوکل پر بیل آئیکن دبائیں تاکہ آپ ایک بھی اپڈیٹ مس نہ کریں۔ شاید ہی کوئی ایسا انسان ہووے جس نو اپنی پہلی محبت یاد نہ ہووے۔ اسکول دے دنوں دی معصوم محبت، اک اجیہا سچا سچا عشق جس دے وچ اپنے پیارے دی اک چلک وی روح خوش کر جاندی ہے۔ جس دے وچ اپنے سجن دی حامی دی لوڑ ہی نہیں، اک طرفا محبت وی عبادت بن جاندی ہے۔ ਤੇ ਇਸੇ ਮੁਹੱਬਤ ਨੂੰ ਪਰਦੇ ਤੇ ਪੇਸ਼ ਕਰਦੀ ਹੈ ਗੁਰਨਾਮ ਪੁੱਲਰ ਅਤੇ ਤਾਨਿਆ ਦੀ ਨਵੀਂ ਫਿਲਮ ਲੇਖ ਰਾਈਟਰ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਕਿਸਮਤ ਦੇ ਨਾਲ ਪੰਜਾਬੀ ਫਿਲਮਾਂ ਦੇ ਵਿੱਚ ਰੋਮਾਂਟਿਕ ਜਨਰ ਨੂੰ ਇੰਟਰੋਡਿਊਸ ਕੀਤਾ ਉਸ ਤੋਂ ਬਾਅਦ ਸੁਪਨਾ ਤੇ ਹੁਣ ਲੇਖ ਦੇ ਨਾਲ ਉਸੇ ਸਿਲਸਲੇ ਨੂੰ ਅਗਾਤ ਹੋ ਰਿਹਾ ਹੈ ਮੁਹੱਬਤ ਜਾਦੂ ਕਰਦੀ ਹੈ ਲੇਖ ਉਸ ਉਮਰ ਦੀ ਕਹਾਣੀ ਹੈ ਇੱਕ ਜਿਹੀ ਉਮਰ ਜਦੋਂ ਆਪਣੇ ਮਹਿਬੂਬ ਤੋਂ ਸਿਵਾਏ ਕੁਝ ਨਜ਼ਰ ਨਹੀਂ ਆਉਂਦਾ ਤੇ ਵਿਛੜਨ ਦੇ ਬਾਵਜੂਦ ਇੱਕ ਇਨਸਾਨ ਦੀ ਜ਼ਿੰਦਗੀ ਉੱਥੇ ਦੀ ਉੱਥੇ ਖੜੀ ਹੈ ਜਦੋਂ ਕਦੇ ਇਕੱਠੇ ਸਨ ਰੂਹ ਨਾਲ ਕੀਤੀ ਮੁਹੱਬਤ ਦੀ ਕਹਾਣੀ ਹਾਲਾਂਕਿ ਜਗਦੀਪ ਸਿੱਧੂ ਨੇ ਲੇਖ ਨੂੰ ਡਾਇਰੈਕਟ ਨਹੀਂ ਕੀਤਾ ਫਿਲਮ ਦੀ ਕਹਾਣੀ ਲਿਖੀ ਹੈ ਪਰ ਫਿਲਮ ਅਤੇ ਇਸ ਦੇ ਕਿਰਦਾਰਾਂ ਦੇ ਵਿੱਚ ਉਹਨਾਂ ਦੀ ਚਲਕ ਸਾਫ਼ ਨਜ਼ਰ ਆਉਂਦੀ ਹੈ ਫਿਲਮ ਦੇ ਵਿੱਚ ਦੋਸਤੀ ਪਿਆਰ ਵਿਛੋੜਾ ਕਿਰਦਾਰਾਂ ਦੀ ਇੱਕ ਸਾਦਗੀ ਆਮ ਗੱਲਬਾਤ ਦਾ ਡਾਇਲੌਗਸ ਦੇ ਵਿੱਚ ਚਲਕਣਾ ਇਹ ਸਭ ਹੈ ਤੇ ਇਸ ਤੋਂ علاوہ ਇਹ ਹਿੱਟ ਫਿਲਮ ਮੇਲ ਕਰਾ ਦੇ ਰੱਬ ਦਾ ਜ਼ਿਕਰ ਜੋ ਫਿਲਮ ਦੇ ਵਿੱਚ ਕਈ ਵਾਰ ਆਉਂਦਾ ਤੇ ਇੱਕ ਤਰ੍ਹਾਂ ਨਾਲ ਉਸ ਫਿਲਮ ਨੂੰ ਟ੍ਰਿਬਿਊਟ ਵੀ ਹੈ ਇਸ ਫਿਲਮ ਚ ਜਿਮੀ ਸ਼ੇਰਗਿੱਲ ਦਾ ਨਾਮ ਵੀ ਰਾਜਵੀਰ ਆ ਤੂੰ ਨਾ ਬਾੜਾ ਖੁਸ਼ ਨਾ ਹੋ ਮੀਰੂ ਬਾਜਵਾ ਤੇ ਗਿੱਪੀ ਘੇਰੇ ਵਾਲੀ ਲੈ ਕੇ ਜਾਉ ਫਿਰ ਤਾਂ ਫਿਲਮ ਫਲॉप ਹੋ ਜੂ ਕੁੜੀ ਤਾਂ ਰਾਜਵੀਰ ਨੂੰ ਹੀ ਮਿਲੂ ਗੁਦਨਾਮ ਪੁੱਲਰ ਨੇ ਫਿਲਮ ਦੇ ਵਿੱਚ ਰਾਜਵੀਰ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਇੱਕ ਅਜਿਹਾ ਮੁੰਡਾ ਜੋ ਸਕੂਲ ਦੇ ਦਿਨਾਂ ਤੋਂ ਬੜੀ ਹੀ ਸ਼ਿੱਦਤ ਦੇ ਨਾਲ ਇੱਕ ਕੁੜੀ ਨੂੰ ਮੁਹੱਬਤ ਕਰਦਾ ਤੇ ਆਪਣੀ ਸਾਰੀ ਜ਼ਿੰਦਗੀ ਉਸ ਤੇ ਨਾ ਕਰ ਦਿੰਦਾ ਭਾਵੇਂ ਉਹ ਕੁੜੀ ਉਸਦੀ ਜ਼ਿੰਦਗੀ ਦਾ ਹਿੱਸਾ ਨਹੀਂ ਗੁਦਨਾਮ ਪੁੱਲਰ ਦੇ 15-16 ਸਾਲ ਦੇ ਮੁੰਡੇ ਤੋਂ ਲੈ ਕੇ 26-27 ਸਾਲ ਦੇ ਨੌਜਵਾਨ ਦੇ ਬਾਕਮਾਲ ਟਰਾਂਸਫਰਮੇਸ਼ਨ ਦੀ ਚਲਕ ਨੂੰ ਵੈਸੇ ਤੁਸੀਂ ਟ੍ਰੇਲਰ ਦੇ ਵਿੱਚ ਦੇਖ ਚੁੱਕੇ ਹੋ ਜਿਸ ਮੁੰਡੇ ਦੇ ਚਿਹਰੇ ਤੇ ਕਦੇ ਸ਼ਰਾਰਤ ਖੁਸ਼ੀ ਤੇ ਮਾਸੂਮੀਅਤ ਚਲਕਦੀ ਹੈ ਉੱਥੇ ਹੀ ਕਈ ਵਰਿਆਂ ਬਾਅਦ ਜ਼ਿੰਦਗੀ ਦੀ ਮਾਰ ਖਾ ਕੇ ਉਸੇ ਮੁੰਡੇ ਦੇ ਚਿਹਰੇ ਤੇ ਇੱਕ ਹਾਰ ਇੱਕ مایੁਸੀ ਦੇਖਣ ਨੂੰ ਮਿਲਦੀ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਦੋਵਾਂ ਕਿਰਦਾਰਾਂ ਦੇ ਵਿੱਚ ਉਹਨਾਂ ਨੇ ਇੰਨੀ ਬਖੂਬੀ ਦੇ ਨਾਲ ਕੰਮ ਕੀਤਾ ਕਿ ਤੁਹਾਨੂੰ ਕਦੇ ਵੀ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਗੁਰਨਾਮ ਭੱਲਰ ਨੂੰ ਪਰਦੇ ਉੱਤੇ ਦੇਖ ਰਹੇ ਹੋ ਖਾਸ ਕਰ ਫਿਲਮ ਦੇ ਇੱਕ ਸੀਨ ਦੇ ਵਿੱਚ ਭਾਵੇਂ ਕੋਈ ਡਾਇਲੌਗਸ ਨਹੀਂ ਪਰ ਉਹਨਾਂ ਦੇ ਕਿਰਦਾਰ ਦਾ ਦਰਦ ਅਤੇ ਬੇਬਸੀ ਸਿਰਫ ਉਹਨਾਂ ਦੀ ਪਰਫਾਰਮੈਂਸ ਰਾਹੀਂ ਤੁਸੀਂ ਦਿਲੋਂ ਮਹਿਸੂਸ ਕਰ ਸਕਦੇ ਹੋ ਲੈਗ ਦੇ ਵਿੱਚ ਗੁਰਨਾਮ ਪੁੱਲਰ ਦੀ ਫਿਜ਼ੀਕਲ ਟਰਾਂਸਫਰਮੇਸ਼ਨ ਜਿੱਥੇ ਤੁਹਾਨੂੰ ਹੈਰਾਨ ਕਰਦੀ ਹੈ ਉੱਥੇ ਬਤੌਰ ਅਦਾਕਾਰ ਉਹਨਾਂ ਦੀ ਅਦਾਕਾਰੀ ਦੇ ਵਿੱਚ ਆਈ ਇੱਕ ਮੈਚਿਓਰਿਟੀ ਅਤੇ ਠਹਿਰਾਵ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਤੇ ਮੈਨੂੰ ਯਕੀਨ ਹੈ ਕਿ ਰਾਜਵੀਰ ਤੇ ਕੀਤੀ ਗਈ ਮਿਹਨਤ ਜ਼ਾਇਆ ਨਹੀਂ ਜਾਏਗੀ ਤੇ ਇਸ ਫਿਲਮ ਤੋਂ ਬਾਅਦ ਉਹਨਾਂ ਨੂੰ ਇੱਕ ਬਿਹਤਰੀਨ ਅਦਾਕਾਰ ਵਜੋਂ ਜਾਣਿਆ ਜਾਵੇਗਾ ਕਰਨਾ ਪਊਗਾ ਜੀ ਕੁਝ ਹੁੰਦੇ ਸਦਾ ਬਹਾਰ ਜਿਹੜੇ ਖੜ ਗਏ ਤਾਂ ਖੜ ਗਏ ਕੁਝ ਮੌਸਮ ਤਰ੍ਹਾਂ ਬਦਲ ਜਾਂਦੇ ਕਿਸਮਤ ਦੇ ਵਿੱਚ ਇੱਕ ਛੋਟੇ ਜਿਹੇ ਰੋਲ ਦੇ ਵਿੱਚ ਜਿਸ ਕੁੜੀ ਨੇ ਆਪਣੀ ਡੂੰਗੀ ਛਾਪ ਛੱਡੀ ਉਹ ਬਤੌਰ ਬਿਹਤਰੀਨ ਅਦਾਕਾਰਾ ਹਰ ਫਿਲਮ ਦੇ ਨਾਲ ਆਪਣੀ ਕਾਬਿਲियत ਦਿਖਾਉਂਦੀ ਆ ਰਹੀ ਹੈ ਤਾਨਿਆ ਦੇ ਵਿੱਚ ਇੱਕ ਨੈਚਰਲ ਲਾਈਕੇਬਿਲਟੀ ਹੈ ਜੋ ਇਸ ਫਿਲਮ ਦੇ ਕਿਰਦਾਰ ਰੌਣਕ ਵਾਸਤੇ ਬਹੁਤ ਜ਼ਰੂਰੀ ਸੀ ਰੌਣਕ ਵਿੱਚ ਇੱਕ ਮਾਸੂਮੀਅਤ ਇੱਕ ਪੋਲਾਪਣ ਬੂਟੇ ਤੋਂ ਫੁੱਲ ਟੁੱਟਿਆ ਦੇਖ ਕੇ ਉਸ ਦੀਆਂ ਅੱਖਾਂ ਪਰ ਆਉਂਦੀ ਹੈ ਜਦੋਂ ਉਹ ਨੱਚਦੀ ਹੈ ਤਾਂ ਉਸ ਨੂੰ ਆਪਣੇ ਆਲੇ ਦੁਆਲੇ ਦੀ ਸੁਰਤ ਵੀ ਨਹੀਂ ਰਹਿੰਦੀ ਤਾਨਿਆ ਜਿੱਥੇ ਪਰਦੇ ਉਤੇ ਬੇਹਤ ਖੂਬਸੂਰਤ ਲੱਗੇ ਨੇ ਉਥੇ ਹੀ 11ਵੀਂ ਦੀ ਵਿਦਿਆਰਥਣ ਦਾ ਕਿਰਦਾਰ ਉਹਨਾਂ ਤੇ ਬੜਾ ਹੀ ਟਕਵਾ ਬੈਠਿਆ ਪਰ ਕਿਤੇ ਨਾ ਕਿਤੇ ਰੌਣਕ ਦੇ ਕਿਰਦਾਰ ਦੇ ਵਿੱਚ ਉਮਰ ਦੇ ਨਾਲ ਨਾਲ ਜੋ ਇੱਕ ਮੈਚਿਓਰਿਟੀ ਤੇ ਡੈਪਥ ਨਜ਼ਰ ਆਉਣੀ ਚਾਹੀਦੀ ਸੀ ਉਸ ਦੀ ਥੋੜੀ ਜਿਹੀ ਕਮੀ ਮੈਨੂੰ ਜ਼ਰੂਰ ਮਹਿਸੂਸ ਹੋਈ ਫਿਲਮ ਦੇ ਇੱਕ ਹੋਰ ਕਲਾਕਾਰ ਜੋ ਆਪਣੀ ਪਰਫਾਰਮੈਂਸ ਨਾਲ ਹੀ ਅਸਰ ਛੱਡਦੇ ਨੇ ਉਹਨੇ ਮਰਹੂਮ ਕਾਕਾ ਕੌਟ ਕੀ ਜਿਨ੍ਹਾਂ ਨੇ ਗੁਰਨਾਮ ਪੁੱਲਰ ਦੇ ਫਾਦਰ ਦਾ ਕਿਰਦਾਰ ਨਿਭਾਇਆ ਇਹਨਾਂ ਦੇ ਰਿਸ਼ਤੇ ਦੀ ਨਿੱਗ ਨੂੰ ਬੜੀਆਂ ਹੀ ਖੂਬਸੂਰਤ ਤੇ ਪਿਆਰੀਆਂ ਮੋਮੈਂਟਸ ਰਾਹੀਂ ਪੇਸ਼ ਕੀਤਾ ਗਿਆ ਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਵਾਕਈ ਤੁਸੀਂ ਇੱਕ ਬਾਪ ਬੇਟੇ ਨੂੰ ਪਰਦੇ ਉੱਤੇ ਦੇਖ ਰਹੇ ਹੋ ਹਰਜਮ ਮੇਰੇ ਸਾਲਿਆ ਲੈ ਜਾਂ ਤੇਰੀ ਮਾਸੀ ਨੂੰ ਕੱਟ ਗਏ ਲੇਖਤਾ ਨਿਰਦੇਸ਼ਨ ਦਿੱਤਾ ਹੈ ਮਨਵੀਰ ਬਰਾੜ ਨੇ ਜਿਨ੍ਹਾਂ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਹੈ ਵੈਸੇ ਇਸ ਤੋਂ ਪਹਿਲਾਂ ਉਹ ਸੁਰਖੀ ਬਿੰਦੀ ਸੁਪਨਾ ਅਤੇ ਛੜਾ ਵਰਗੀਆਂ ਫਿਲਮਾਂ ਦੇ ਵਿੱਚ ਬਤੌਰ ਅਸਿਸਟੈਂਟ ਕੰਮ ਕਰ ਚੁੱਕੇ ਹਨ ਮਨਵੀਰ ਦੀ ਡਾਇਰੈਕਸ਼ਨ ਦੇ ਵਿੱਚ ਵੈਸੇ ਤੁਸੀਂ ਜਗਦੀਪ ਸਿੱਧੂ ਦੀ ਛਾਪ ਇਹ ਕਿੰਨਨ ਮਹਿਸੂਸ ਕਰ ਸਕੋਗੇ ਇੱਕ ਸਿੰਪਲ ਲਵ ਸਟੋਰੀ ਦੇ ਨਾਲ ਦਰਸ਼ਕਾਂ ਨੂੰ ਜੋੜ ਕੇ ਰੱਖਣਾ ਆਸਾਨ ਕੰਮ ਨਹੀਂ ਹੈ ਪਰ ਮਨਵੀਰ ਨੇ ਬਹੁਤ ਹੱਦ ਤੱਕ ਇਹ ਸਫਲਤਾਪੂਰਵਕ ਕਰ ਦਿਖਾਇਆ ਹੈ ਵੈਸੇ ਫਿਲਮ ਦੇ ਕਿਰਦਾਰਾਂ ਦੇ ਨਾਲ ਹੋ ਰਹੀਆਂ ਚੀਜ਼ਾਂ ਤੇ ਤਜਰਬੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਮੇਲ ਖਾਂਦੇ ਜਾਪਦੇ ਬਾਪ ਅਤੇ ਬੇਟੇ ਦੀ ਨੌਕ-ਚੋਕ ਹਰ ਚੀਜ਼ ਉੱਤੇ ਨਜ਼ਰ ਰੱਖਣ ਵਾਲੇ ਗਵਾਂਡੀ ਸਕੂਲ ਦੇ ਦਿਨਾਂ ਵਿੱਚ ਆਪਣੇ ਪਸੰਦ ਦਾ ਐਕਟਰ ਵਾਂਗੂ ਤਿਆਰ ਹੋਣ ਦੇ ਸ਼ੌਕ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਦੇਖਣ ਦੀਆਂ ਕੋਸ਼ਿਸ਼ਾਂ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਦਿਖਾਇਆ ਗਿਆ। ਬੀ ਪ੍ਰਾਕ ਜਾਨੀ ਅਤੇ ਜਗਦੀਪ ਸਿੱਧੂ ਨੇ ਕਿਸਮਤ ਦੇ ਗੀਤਾਂ ਦੇ ਨਾਲ ਪੰਜਾਬੀ ਫਿਲਮਾਂ ਦੇ ਸੰਗੀਤ ਨੂੰ ਇੱਕ ਅਜੀਹਾਂ ਨਵਾਂ ਪੰਦ ਦਿੱਤਾ ਕਿ ਹੁਣ ਇਹ ਤਿੰਨੋਂ ਜਦੋਂ ਵੀ ਕੋਲਾਬੋਰੇਟ ਕਰਦੇ ਤਾਂ ਦਰਸ਼ਕਾਂ ਦੀਆਂ ਉਮੀਦਾਂ ਕਾਫੀ ਵੱਧ ਜਾਂਦੀਆਂ ਨੇ। ਲੇਖ ਤਾਂ ਗੀਤ ਸੰਗੀਤ ਵੀ ਡੈਫੀਨਟਲੀ ਡਿਸਪਾਇੰਟ ਨਹੀਂ ਕਰਦਾ। ਇਨਫੈਕਟ ਇਹ ਫਿਲਮ ਦੇ ਪਲੱਸ ਪੁਆਇੰਟਸ ਵਿਦ ਜੋਏ। ਫਿਲਮ ਦੇ ਗੀਤਾਂ ਨੂੰ ਕਹਾਣੀ ਦੇ ਵਿੱਚ ਇਸ ਤਰ੍ਹਾਂ ਪਿਰੋਇਆ ਗਿਆ ਕਿ ਉਹ ਕਹਾਣੀ ਦਾ ਹਿੱਸਾ ਜਾਪਦੇ ਨੇ। ਖੁਦਾ ਵੀ ਮਿੰਤਾ ਪਾਵੇ। ਸਨ ਫਿਰ ਤੇਰੀ ਐਡੀ ਕੀ ਦੁਸ਼ਮਨੀ ਹੈ ਮੇਰੇ ਨਾਲ ਜੋ ਤੂੰ ਗੱਲ ਨਹੀਂ ਕਰ ਸਕਦਾ ਲੇਖ ਤੁਹਾਨੂੰ ਉਹਨਾਂ ਸਮਿਆਂ ਦੇ ਵਿੱਚ ਵਾਪਸ ਲੈ ਜਾਂਦੀ ਹੈ ਜਦੋਂ ਜ਼ਿੰਦਗੀ ਬੜੀ ਹੀ ਸਿੰਪਲ ਸੀ ਕੋਈ ਜ਼ਿੰਮੇਵਾਰੀਆਂ ਨਹੀਂ ਸੀ ਕੋਈ ਫਿਕਰ ਨਹੀਂ ਸੀ ਹੁੰਦਾ ਇੱਕ ਲਾਪਰਵਾਹੀ ਸੀ ਸਕੂਲ ਦੇ ਦਿਨਾਂ ਦੀਆਂ ਸ਼ਰਾਰਤਾਂ ਇੱਕ ਤਰਫਾ ਮੁਹੱਬਤ ਸਕੂਲ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਯਕੀਨਨ ਇਸ ਫਿਲਮ ਨੂੰ ਦੇਖਦਿਆਂ ਹੋਇਆਂ ਤਾਜ਼ਾ ਹੋ ਜਾਣਗੀਆਂ ਇੱਕ ਸੱਚੀ ਸੁੱਚੀ ਮੁਹੱਬਤ ਦੀ ਕਹਾਣੀ ਹੋ ਸਕਦਾ ਹੈ ਕਿ ਅੱਜ ਕੱਲ ਦੇ ਮਾਹੌਲ ਮੁਤਾਬਕ ਤੁਹਾਨੂੰ ਥੋੜੀ ਜੀ 올ਡ ਫੈਸ਼ਨ ਜਾਪੇ ਤੇ ਹੋ ਸਕਦਾ ਹੈ ਕਿ ਫਿਲਮ ਦੇ ਕਲਾਈਮੈਕਸ ਦੇ ਵਿੱਚ ਹੋ ਰਹੀਆਂ ਚੀਜ਼ਾਂ ਨਾਲ ਤੁਸੀਂ ਸਹਿਮਤ ਨਾ ਹੋ ਪਰ ਲੇਕ ਇੱਕ ਬੜੀ ਪਿਆਰੀ ਜੀ ਫਿਲਮ ਹੈ ਜੋ ਤੁਹਾਨੂੰ ਮੁਸਕਰਾਉਣ ਤੇ ਮਜਬੂਰ ਕਰ ਦਿੰਦੀ ਹੈ ਜਿਸ ਦੇ ਵਿੱਚ ਇੱਕ ਸਾਦਗੀ ਇੱਕ ਸਕੂਨ ਹੈ ਜੋ ਅੱਜਕਲ ਖਾਸ ਕਰ ਰੌਲੇ ਰੱਪੇ ਦੇ ਮਾਹੌਲ ਦੇ ਵਿੱਚ ਰਾਹਤ ਜ਼ਰੂਰ ਦਿੰਦਾ ਹੈ ਜੇ ਤੁਸੀਂ ਹੋਰ ਵੀ ਪੰਜਾਬੀ ਫਿਲਮ ਰਿਵਿਊਜ਼ ਦੇਖਣਾ ਚਾਹੁੰਦੇ ਹੋ ਤਾਂ ਫਿਲਮ ਕੰਪੈਨੀਅਨ ਲੋਕਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੀ ਯੂ ਨੈਕਸਟ ਟਾਈਮ